ਸਵਾਗਤ ਹੈ ਜੀ ਤੁਹਾਡਾ। ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਅਤੇ ਮੈਂ ਗੁਰਵਿੰਦਰ ਸਿੰਘ ਰੋਮੀ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵੈਬਟੈਕ ਕੰਪਿਊਟਰ ਸੈਂਟਰ ਦੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਇੱਕ ਵਿਲੱਖਣ ਕੰਮ ਕਰਨ ਦੇ ਵਿੱਚ ਮੁਹਾਰਤ ਰੱਖਦੇ ਨੇ। ਹਰ ਸਾਲ ਉਹ ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਆਪਣੇ ਇੰਸਟੀਚਿਊਟ ਦੇ ਵਿੱਚ ਰੱਖਦੇ ਨੇ ਜੋ ਲੰਮੇ ਸਮੇਂ ਤੱਕ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਅਤੇ ਇਸ ਵਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੂਰੇ ਸੂਬੇ ਦੇ ਅੰਦਰ ਪਿਛਲੇ ਦਿਨਾਂ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਅੱਜ ਤੁਹਾਨੂੰ ਲੈ ਆਏ ਹਾਂ ਵੈਬਟੈਕ ਕੰਪਿਊਟਰ ਸੈਂਟਰ ਭਵਾਨੀਗੜ੍ਹ ਵਿਖੇ ਜਿੱਥੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮੈਡਮਾਂ ਦੇ ਨਾਲ ਸਟੂਡੈਂਟ ਵੀ ਇਸ ਦਾ ਆਨੰਦ ਲੈ ਰਹੇ ਨੇ ਕਿਉਂਕਿ ਜ਼ਿਆਦਾਤਰ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ ਅਤੇ ਨਵੇਂ ਨੌਜਵਾਨਾਂ ਨੂੰ ਨਵੇਂ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬੀ ਕਲਚਰ ਦੇ ਨਾਲ ਆਪਣੇ ਪੰਜਾਬ ਦੇ ਜ਼ਮੀਨੀ ਜੋ ਸਾਡੇ ਖੇਡਾਂ ਸੀ ਜ਼ਮੀਨੀ ਪੱਧਰ 'ਤੇ ਜੋ ਪਿੰਡਾਂ ਦੀਆਂ ਸੱਥਾਂ 'ਤੇ ਥਾਈਆਂ 'ਤੇ ਜੋ ਬੋਲੀਆਂ ਪਿਆ ਕਰਦੀਆਂ ਸੀ ਉਹੀ ਸਾਰਾ ਕੁਝ ਇਕੱਤਰ ਕਰਕੇ ਇੱਕ ਜਗ੍ਹਾ ਇਕੱਠਾ ਕਰਕੇ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬੱਚੀਆਂ ਨੇ ਉਹ ਗਿੱਧਾ ਪਾ ਰਹੀਆਂ ਨੇ, ਬੋਲੀਆਂ ਪਾਈਆਂ ਜਾ ਰਹੀਆਂ ਨੇ। ਤੁਹਾਨੂੰ ਉੱਥੇ ਦਾ ਚੱਲਦੇ ਹਾਂ ਸੁਣਾਉਂਦੇ ਹਾਂ, ਬੋਲੀਆਂ ਪਾਈਆਂ ਜਾ ਰਹੀਆਂ ਨੇ, ਨਾਲ ਹੀ ਤੁਹਾਨੂੰ ਸੁਣਾਵਾਂਗੇ ਕੀ ਕਹਿਣਾ ਹੈ ਮੁੱਖ ਪ੍ਰਬੰਧਕ ਸਤਨਾਮ ਸਿੰਘ ਦਾ। ਹਾਂਜੀ, ਮੈਂ ਨਿਰਮਲਜੀਤ ਕੌਰ, ਓਨਰ ਆਫ ਦਾ ਵੈਬਟੈਕ ਇੰਸਟੀਟਿਊਟ ਭਵਾਨੀਗੜ੍ਹ। ਸਾਡਾ ਇਹ ਇੰਸਟੀਟਿਊਟ ਪਿਛਲੇ 24 ਸਾਲਾਂ ਤੋਂ ਰਨ ਹੋ ਰਿਹਾ ਅਤੇ ਇੱਥੇ ਅਸੀਂ ਹਰ ਸਾਲ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਉਂਦੇ ਹਾਂ। ਇਸ ਕਰਕੇ ਮਨਾਉਂਦੇ ਹਾਂ ਕਿ ਪੰਜਾਬੀ ਕਲਚਰ ਨੂੰ ਧਿਆਨ 'ਚ ਰੱਖਦੇ ਹੋਏ ਵੀ ਆਪਣਾ ਪੰਜਾਬੀ ਵਿਰਸਾ ਉਹਦੀ ਸਾਂਭ ਸੰਭਾਲ ਹੋ ਸਕੇ। ਇਸ ਕਰਕੇ ਅਸੀਂ ਹਰ ਸਾਲ ਪੰਜਾਬੀ ਕਲਚਰ ਨੂੰ ਧਿਆਨ 'ਚ ਰੱਖਦੇ ਹੋਏ ਤੀਆਂ ਦਾ ਮੁੱਖ ਤਿਉਹਾਰ ਇਹ ਮਨਾਇਆ ਜਾਂਦਾ। ਇੱਥੇ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫੋਰਮੈਂਸ ਦਿੱਤੀ ਹੈ, ਪੰਜਾਬੀ ਗਿੱਧਾ, ਬੋਲੀਆਂ, ਭੰਗੜਾ ਅਤੇ ਪੰਜਾਬੀ ਕਲਚਰ ਨਾਲ ਰਿਲੇਟਡ ਸੂਟ ਜਿਹੜੇ ਹੈਗੇ ਨੇ, ਪੰਜਾਬੀ ਗਹਿਣੇ, ਪਰਾਂਦੀਆਂ, ਚੂੜੀਆਂ, ਇਹ ਸਾਰਾ ਕੁਝ ਪਹਿਨ ਕੇ ਫਿਰ ਅੱਜ ਕੱਲ੍ਹ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪੰਜਾਬੀ ਕਲਚਰ ਬਾਰੇ ਜਾਗਰੂਕ ਕਰਾਉਣ ਲਈ ਇਹ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ। ਸੋ ਇਸ ਕਰਕੇ ਆਪਣੇ ਸੈਂਟਰ ਦੇ ਵਿੱਚ ਅਸੀਂ ਅੱਜ ਪੰਜਾਬੀ ਕਲਚਰ ਨੂੰ ਮੁੱਖ ਰੱਖਦੇ ਹੋਏ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ। ਇੱਥੇ ਪੰਜਾਬੀ ਇੱਥੇ ਆਪਣਾ ਕੰਪਿਊਟਰ ਦੇ ਕੋਰਸ, 1 ਈਅਰ ਡਿਪਲੋਮਾ, ਅਕਾਊਂਟਸ ਦਾ, ਟੈਲੀ ਦਾ, ਜਿਹੜੇ ਵੀ ਸਾਰੇ ਹੀ ਕੋਰਸ ਕਰਵਾਏ ਜਾਂਦੇ ਆ। ਸਪੋਕਨ ਇੰਗਲਿਸ਼ ਦਾ ਕੋਰਸ ਕਰਵਾਇਆ ਜਾਂਦਾ ਹੈ ਅਤੇ ਇਸਦੇ ਰਿਲੇਟਡ ਹੋਰ ਜਿੰਨੇ ਵੀ ਕੰਪਿਊਟਰ ਦੇ A to Z ਕੋਰਸ ਨੇ ਉਹ ਸਾਰੇ ਹੀ ਕਰਵਾਏ ਜਾਂਦੇ ਆ। ਕੌਰ ਹੈ ਅਤੇ ਮੈਂ ਵੈਬਟੈਕ ਇੰਸਟੀਟਿਊਟ ਵਿੱਚ ਕੰਪਿਊਟਰ ਕੋਰਸ ਕਰਦੀ ਹਾਂ। ਇਹ ਇੰਸਟੀਟਿਊਟ ਵਿੱਚ ਸਾਨੂੰ ਹਰ ਤਰ੍ਹਾਂ ਦੇ ਤਿਉਹਾਰਾਂ ਬਾਰੇ ਦੱਸਿਆ ਜਾਂਦਾ, ਜਿਵੇਂ ਕਿ ਅੱਜ ਸਾਨੂੰ ਤੀਆਂ ਦੇ ਤਿਉਹਾਰ ਬਾਰੇ ਦੱਸਿਆ ਜਾ ਰਿਹਾ ਹੈ। ਇਹ ਮਤਲਬ ਅੱਜ ਕੱਲ੍ਹ ਦੇ ਜਿਹੜੇ ਵੀ ਮਤਲਬ ਬੱਚੇ ਹੁੰਦੇ ਨੇਗੇ ਉਹ ਤੀਆਂ ਦਾ ਤਿਉਹਾਰ ਤਾਂ ਮਤਲਬ ਭੁੱਲ ਹੀ ਜਾਂਦੇ ਨੇਗੇ ਵੀ ਜਿਵੇਂ ਆਪਣੇ ਪੰਜਾਬੀ ਕਲਚਰ ਨੂੰ ਵੀ ਕਿਵੇਂ ਕਰਨਾ, ਕਿਵੇਂ ਮਤਲਬ ਬੋਲੀਆਂ ਵਗੈਰਾ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਨੇਗੇ। ਪਰ ਇਹ ਇੰਸਟੀਟਿਊਟ 'ਚ ਆਪਾਂ ਨੂੰ ਸਾਰੇ ਪੰਜਾਬੀ ਇਤਿਹਾਸ ਬਾਰੇ, ਸਾਰੇ ਤਰ੍ਹਾਂ ਦੀ ਚੀਜ਼ਾਂ ਬਾਰੇ ਨੌਲੇਜ ਦਿੱਤੀ ਜਾਂਦੀ ਹੈ। ਸਾਡੇ ਟੀਚਰਸ ਨੇਗੇ ਬਹੁਤ ਹੀ ਜ਼ਿਆਦਾ ਵਧੀਆ ਨੇਗੇ, ਇਹਨਾਂ ਇਹ ਕੰਪਿਊਟਰ ਕੋਰਸ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਕਰਵਾਉਂਦੇ ਨੇਗੇ ਹਰੇਕ ਤਰ੍ਹਾਂ ਦਾ ਕੋਰਸ ਵਗੈਰਾ। ਐਂਡ ਅੱਜ ਇਹ ਤੀਆਂ ਦਾ ਫੰਕਸ਼ਨ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ।
ਮੈਂ ਇਹ ਤੁਹਾਨੂੰ ਤੀਆਂ ਦਾ ਫੰਕਸ਼ਨ ਇੱਕ ਪੰਜਾਬੀ ਬੋਲੀ ਰਾਹੀਂ ਵੀ ਦੱਸ ਸਕਦੀ ਹਾਂ। ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣ ਦੀ, ਤੇਰਾ ਮੇਰਾ ਬਣ ਲੈਣਾ ਵੇਚ ਮੁੰਡਿਆ, ਤੈਨੂੰ ਮੋਗੇ ਦੀ ਮੰਡੀ 'ਚ ਆਵਾਂ ਵੇਚ ਮੁੰਡਿਆ। ਦੀਪ ਕੌਰ, ਪਿੰਡ ਫਤਿਹਗੜ੍ਹ ਛੰਨਾ ਤੋਂ। ਮੈਂ ਇੱਥੇ ਪਟਿਆਲੇ ਭਵਾਨੀਗੜ੍ਹ ਵਿਖੇ ਵੈੱਬ ਟੈਕ ਵਾਲਿਆਂ ਦੇ ਟਾਈਪਿੰਗ ਸਿੱਖਦੀ ਸੀ, ਅਤੇ ਮੈਨੂੰ ਪਤਾ ਲੱਗਿਆ ਕਿ ਇੱਥੇ ਕਲਚਰ ਪ੍ਰੋਗਰਾਮ ਹੋ ਰਿਹਾ ਤੀਆਂ ਦੇ ਰਿਲੇਟਡ, ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਸੀਗਾ। ਅਤੇ ਇੱਥੇ ਜਦੋਂ ਮੈਂ ਆ ਕੇ ਦੇਖਿਆ ਛੋਟੇ ਛੋਟੇ ਬੱਚੇ ਜਿਹੜਾ ਕਿ ਆਪਣੇ ਦਿਲ ਦਾ ਡਰ ਹੁੰਦਾ ਉਹ ਵੀ ਦੂਰ ਹੁੰਦਾ, ਅਤੇ ਇਹਨਾਂ ਨੇ ਜਾਗਰੂਕ ਹੁੰਦੇ ਨੇ, ਛੋਟੇ ਛੋਟੇ ਬੱਚੇ ਵੀ ਕਿੱਦਾਂ ਦੀਆਂ ਮਨਾਈਆਂ ਜਾਂਦੀਆਂ ਨੇਗੀਆਂ, ਅਤੇ ਮੈਨੂੰ ਬਹੁਤ ਵਧੀਆ ਲੱਗਿਆ। ਮੈਮ ਬਹੁਤ ਧੰਨਵਾਦ ਕਰਦੀ ਹਾਂ ਜੋ ਵੀ ਪਰਫੋਰਮੈਂਸ ਸਾਨੂੰ ਦਿਖਾਉਣ ਦਾ ਮੌਕਾ ਦਿੱਤਾ, ਡਰ ਹੈ ਉਹ ਸਾਡਾ ਦੂਰ ਹੋਇਆ। ਅਤੇ ਇੱਕ ਮੈਂ ਬੋਲੀ ਪਾਉਣਾ ਚਾਹੁੰਦੀ ਹਾਂ, ਲੰਮੀ ਏ ਨੀ ਲੁੰਦੀ ਏ ਸੁਣ ਮੁਟੇ ਯਾਰ, ਲੰਮੀ ਏ ਨੀ ਲੁੰਦੀ ਏ ਸੁਣ ਮੁਟੇ ਯਾਰ, ਜਦੋਂ ਜਵਾਨੀ ਚੜ੍ਹਦੀ ਸੀ ਮੈਂ ਵੀ ਉੱਡਣੇ ਨਾਗ ਬਣ ਲੜਦੀ ਸੀ, ਮੈਂ ਵੀ ਉੱਡਣੇ ਨਾਗ ਬਣ ਲੜਦੀ ਸੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਅੱਜ ਤੀਆਂ ਦਾ ਤਿਉਹਾਰ ਵੈੱਬ ਟੈਕ ਕੰਪਿਊਟਰ 'ਤੇ ਮਨਾ ਰਹੇ ਹੋ, ਕੀ ਕਹੋਗੇ ਇਸ ਮੌਕੇ? ਤੀਆਂ ਦਾ ਤਿਉਹਾਰ ਦੇਖੋ ਜੀ, ਅਸੀਂ ਹਰ ਸਾਲ ਹੀ ਮਨਾਉਂਦੇ ਹਾਂ, ਸਾਡੇ ਬੱਚੇ ਬੜੇ ਉਤਸ਼ਾਹਿਤ ਹੁੰਦੇ ਨੇ ਇਹਨੂੰ ਲੈ ਕੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੀ ਕੁੜੀਆਂ ਨੇ ਚਿੜੀਆਂ ਨੇ ਤਿਉਹਾਰ ਮਨਾਇਆ ਜੀ, ਬਹੁਤ ਵਧੀਆ ਸਾਨੂੰ ਮਹਿਸੂਸ ਹੋ ਰਿਹਾ। ਕਿਉਂਕਿ ਦੇਖੋ ਜ਼ਿਆਦਾਤਰ ਕੀ ਹੁੰਦਾ, ਸਿਰਫ ਐਜੂਕੇਸ਼ਨ ਦਾ ਹੀ ਧਿਆਨ ਦਿੱਤਾ ਜਾਂਦਾ, ਐਜੂਕੇਸ਼ਨ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਆ, ਐਜੂਕੇਸ਼ਨ ਵਧੀਆ ਵੀ ਹਰ ਇੱਕ ਬੰਦਾ ਧਿਆਨ ਦੇਣਾ ਚਾਹੀਦਾ, ਬਟ ਆਪਣੇ ਕਲਚਰ ਦੇ ਨਾਲ ਜੁੜਨਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ। ਆਪਾਂ ਦੇ ਕਲਚਰ ਨੂੰ ਭੁੱਲਦੇ ਜਾਵਾਂਗੇ ਤਾਂ ਕਲਚਰ ਦੇ ਨਾਲ ਨਹੀਂ ਚੱਲਾਂਗੇ ਤਾਂ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣਾ ਹੋਰ ਵੀ ਬਾਕੀ ਉਹ ਨਹੀਂ ਹੋਣਾ ਹੈਗਾ। ਤਾਂ ਇਸ ਕਰਕੇ ਕਿ ਅਸੀਂ ਇਸ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਕਲਚਰ ਨਾਲ ਵੀ ਜੋੜਦੇ ਹਾਂ, ਆਪਣੇ ਹੋਰ ਵੀ ਬਹੁਤ ਸਾਰੇ ਅਸੀਂ ਛੋਟੇ ਮੋਟੇ ਫੰਕਸ਼ਨ ਕਰਾਉਂਦੇ ਰਹਿੰਦੇ ਹਾਂ ਜਿਨ੍ਹਾਂ ਵਿੱਚ ਉਹਨੂੰ ਨੌਲੇਜ ਜਾਂ ਜਨਰਲ ਨੌਲੇਜ ਦੇ ਟੈਸਟ ਕਰਾਉਂਦੇ ਅਸੀਂ ਬੱਚਿਆਂ ਨੂੰ। ਦੇਖੋ ਕਈ ਕਹਿੰਦੇ ਵੀ ਕੰਪਿਊਟਰ ਸੈਂਟਰ ਨਾਲ ਇਕੱਲਾ ਹੀ ਕੰਪਿਊਟਰ ਸਿਖਾਉਂਦੇ ਨੇ, ਬਟ ਅਸੀਂ ਕੀ ਆ, ਸਾਡਾ ਇਹ ਸਿਸਟਮ ਹੈ ਅਸੀਂ ਕੰਪਿਊਟਰ ਦੇ ਨਾਲ ਨਾਲ ਬੱਚਿਆਂ ਨੂੰ ਸਪੋਕਨ ਇੰਗਲਿਸ਼ ਵੀ ਸਿਖਾਉਂਦੇ ਹਾਂ, ਅਸੀਂ ਉਹਨੂੰ ਜਨਰਲ ਨੌਲੇਜ ਦੀ ਨੌਲੇਜ ਵੀ ਦਿੰਦੇ ਹਾਂ, ਸਾਰੇ ਤਰ੍ਹਾਂ ਦੀ ਹੀ ਨੌਲੇਜ ਅਸੀਂ ਬੱਚਿਆਂ ਨੂੰ ਦਿੰਦੇ ਹਾਂ ਜੀ। ਇੱਕ ਤੁਸੀਂ ਕੋਰਸ ਦੱਸ ਰਹੇ ਸੀ 99 ਰੁਪਏ, ਕੁਛ ਕੀ ਸਕੀਮ ਸੀ? ਨਹੀਂ ਸਰ, ਉਹ ਔਨਲਾਈਨ ਕੋਰਸ ਸਾਡੀ ਕੰਪਨੀ ਵੱਲੋਂ ਸਟਾਰਟ ਕੀਤਾ ਗਿਆ ਜੀ, ਆਲ ਇੰਡੀਆ ਦੇ ਵਿੱਚ ਅਤੇ ਆਲ ਵਰਲਡ ਦੇ ਵਿੱਚ। ਅਗਰ ਕੋਈ ਬੱਚਾ 120 ਘੰਟਿਆਂ ਦਾ ਕੋਰਸ ਕਰਨਾ ਚਾਹੁੰਦਾ ਜਿਹੜਾ ਕਿ ਗੌਰਮੈਂਟ ਜੋਬ ਦੇ ਵਿੱਚ ਵੈਲਿਡ ਹੈ ਜੀ, ਠੀਕ ਹੈ ਜੀ, ਉਹਦੇ ਵਿੱਚ ਤਕਰੀਬਨ ISO ਸਰਟੀਫਾਈਡ ਮੰਗਿਆ ਜਾਂਦਾ, ਬਟ ਸਾਡੀ ਕੰਪਨੀ ਮੈਂ ਦੱਸ ਦਿੰਦਾ ISO ਸਰਟੀਫਾਈਡ ਹੀ ਨਹੀਂ ਇਕੱਲੀ, ਸਾਡੀ MSDE ਤੋਂ ਵੀ ਅਪਰੂਵਡ ਹੈ, MSME ਤੋਂ ਵੀ ਹੈ ਜੀ, ਸਾਡੀ NSDC ਤੋਂ ਵੀ ਅਪਰੂਵਡ ਆ, ਸਾਡੇ ਸਕਿੱਲ ਸੈਂਟਰ ਵੀ ਚੱਲਦੇ ਨੇ ਪੰਜਾਬ ਦੇ ਵਿੱਚ ਕਾਫੀ ਸਾਰੇ, ਠੀਕ ਹੈ ਜੀ, ਪਟਿਆਲੇ ਵੀ ਸਾਡਾ ਚੱਲਦਾ। ਤਾਂ ਇਸ ਕਰਕੇ ਕੀ ਸਾਡੀ ਕੰਪਨੀ ਨੇ ਇੱਕ ਨਵਾਂ ਸਿਸਟਮ ਲਾਂਚ ਕਰਨ ਜਾ ਰਹੀ ਹੈ ਜੋ ਕਿ ਸਾਡੀ ਵੈਬਸਾਈਟ 'ਤੇ ਔਨਲਾਈਨ ਹੋਏਗਾ, ਔਨਲਾਈਨ ਹੀ ਲੈਕਚਰ ਲੱਗਣਗੇ, ਸਾਰੀ ਪੜ੍ਹਾਈ ਔਨਲਾਈਨ ਹੋਊਗੀ, ਬੱਚੇ ਨੇ ਜਾ ਕੇ ਔਨਲਾਈਨ ਹੀ ਇੱਕ ਥੋੜ੍ਹੀ ਜਿਹੀ ਫੀਸ ਆ ਦੀ ਜੀ, ਜਿਵੇਂ ਕੀ ਆ 999 ਉਹਦਾ ਨਾਮ ਰੱਖਿਆ 999 ਦੇ ਵਿੱਚ ਬੱਚਾ ਔਨਲਾਈਨ ਜਾਊਗਾ, ਔਨਲਾਈਨ ਆਪਣਾ ਲੌਗਇਨ ਕਰੂਗਾ, ਉਹਨਾਂ 999 ਰੁਪਏ ਫੀਸ ਭਰੂਗਾ, ਉਹਦੇ ਵੀਡੀਓ ਲੈਕਚਰ ਦੇਖੂਗਾ, ਸਟਾਰਟ ਹੋ ਜਾਣਗੇ ਜੀ, ਕਿਉਂਕਿ 30 ਦਿਨ ਉਹਦਾ ਕਲਾਸਾਂ ਲੱਗਣੀਆਂ ਨੇ, ਉਹਦੇ ਬਾਅਦ ਔਨਲਾਈਨ ਹੀ ਪੇਪਰ ਹੋਣਾ, ਔਨਲਾਈਨ ਹੀ ਰਿਜ਼ਲਟ ਆ ਜਾਣਾ ਜੀ।